ਇਹ ਸਕੈਲਟਨਲ ਬਟਰਫਲਾਈ ਜਾਂ ਤਿੱਤਲੀ ਰੰਗਦਾਰ ਕਾਰਡ ਪੇਪਰ ਅਤੇ ਗੂੰਦ ਨਾਲ ਬਣਾਈ ਜਾ ਸਕਦੀ ਹੈ। ਇੱਕੋ ਲੰਬਾਈ ਵਿੱਚ ਦੋ ਟੁਕੜੇ ਪੱਟੀਆਂ ਦੇ ਟੁਕੜੇ ਦਾ ਪ੍ਰਯੋਗ ਕਰਕੇ ਉਹਨਾਂ ਨੂੰ ਜੋੜੋ ਅਤੇ ਉਹਨਾਂ ਨੂੰ ਦਿਲ ਦੀ ਸ਼ਕਲ ਬਣਾਓ। ਬਣਾਉਣ ਲਈ ਸ਼ਕਲ ਦਿਓ, ਇਹ ਤਿੱਤਲੀ ਦਾ ਜ਼ਰੂਰੀ ਖੰਭ ਹੋਣਗੇ। ਉਸੇ ਪ੍ਰਕਾਰ ਰੰਗਦਾਰ ਟੁਕੜਿਆਂ ਨੂੰ ਵੱਖ ਵੱਖ ਜੋੜੋ ਦੀ ਵਰਤੋਂ ਕਰਕੇ ਖੰਭ ਦੇ ਜੋੜੇ ਬਣਾਓ। ਦੋਵਾਂ ਖੰਭਾਂ ਨੂੰ ਇਕੱਠੇ ਜੋੜੋ। ਲੰਬਾ ਸਰੀਰ, ਸਿਰ ਅਤੇ ਏਰੀਅਲ ਨਾਲ ਤਿੱਤਲੀ ਦੇ ਸਰੀਰ ਤਿਆਰ ਕਰੋ। ਫਿਰ ਖੰਭ ਦੇ ਵਿਚਕਾਰ ਸਰੀਰ ਨੂੰ ਜੋੜੋ। ਇਸ ਤਰ੍ਹਾਂ ਤਿੱਤਲੀ ਤਿਆਰ ਹੋ ਜਾਵੇਗੀ। ਇਸ ਤਰ੍ਹਾਂ ਤੁਸੀਂ ਤਿੱਤਲੀ ਦੇ ਸਾਰੇ ਪਰਿਵਾਰ ਵੀ ਬਣਾ ਸਕਦੇ ਹੋ।